شمعدان، ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਾਡੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਪ੍ਰੋਗਰਾਮ ਸ਼ਮਾਦਾਨ ਲੈ ਕੇ ਮੈਂ ਸਵਰਨ ਸਿੰਘ ਦਾ ਨੇਲੀਆ ਹਾਜ਼ਰ ਹਾਂ ਜੀ। ਢਿੱਲੋ ਸਾਹਿਬ, ਫਿਰ ਕੋਲਿਆਂ ਵਾਲੀ ਜਿੰਨੇ ਵੀ ਪੈਸੇ ਜੇ ਮੋੜ ਦਿੱਤੇ ਆ ਸਰਕਾਰ ਦੀ ਘੁਰਕੀ ਤੋਂ ਡਰਦੇ ਨੇ? ਬਿਲਕੁਲ ਜੀ, ਆਪਾਂ ਪਹਿਲਾਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ ਕਿ ਸਰਕਾਰ ਦੀ ਘੁਰਕੀ, ਸਰਕਾਰ ਦੀ ਨਹੀਂ ਕਵਾਂਗੇ, ਇੱਕ ਮੰਤਰੀ ਦੀ ਕਵਾਂਗੇ, ਸੁੱਖੀ ਰੰਧਾਵੇ ਦੀ ਘੁਰਕੀ ਸੀ ਕਿ ਮੋੜ ਦਿਓ ਕਰਜ਼ਾ, ਨਹੀਂ ਜੇ 23 ਮਈ ਤੱਕ ਨਾ ਮੁੜਿਆ ਤੇ ਫਿਰ ਕੋਲਿਆਂ ਵਾਲੀ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜੇਲ੍ਹ ਜਾਣਾ ਪੈਣਾ। ਇਹ ਵੀ ਕਹਿਤਾ ਸੀ ਦੇ ਦਿਓ ਨੋਟਿਸ, ਤੇ ਹੁਣ ਕੱਲ ਕਹਿੰਦੇ ਜੀ ਕੋਲਿਆਂ ਵਾਲੀ ਸਾਹਿਬ ਨੇ 30 ਲੱਖ ਰੁਪਏ ਦਾ ਚੈੱਕ ਤਾਂ ਕੱਲ੍ਹ ਦੀ ਤਾਰੀਖ 'ਚ ਦਿੱਤਾ ਸੀ, 33 ਲੱਖ ਦਾ ਜਿਹੜਾ ਉਹਨਾਂ ਨੇ ਦਿੱਤਾ ਜੀ ਇੱਕ ਹੋਰ, ਉਹ ਕਹਿੰਦੇ 31 ਦਸੰਬਰ ਤੱਕ ਦਾ ਦਿੱਤਾ, ਤੇ 32.70 ਲੱਖ ਦਾ 30 ਜੂਨ 2019 ਤੱਕ ਦਾ ਦਿੱਤਾ। ਟੋਟਲ ਕਹਿੰਦੇ ਜੀ 95 ਲੱਖ ਤੇ 70 ਲੱਖ ਰੁਪਈਏ ਦਾ ਕਰਜ਼ਾ ਜਿਹੜਾ ਹੈਗਾ ਉਹਦਾ ਮੋੜਨ ਦਾ ਸਿਸਟਮ ਕੀਤਾ। ਉਂਝ ਮੂਲ ਜਿਹੜਾ ਹੈਗਾ ਲੋਨ ਇਹਨਾਂ ਦੇ ਜੁੰਮੇ ਸੀ 49 ਲੱਖ ਰੁਪਈਆ, 49 ਲੱਖ ਵੱਧ ਕੇ 95 ਲੱਖ ਹੋ ਗਿਆ। ਕਿਉਂ? ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਕਿਸ਼ਤ ਅਦਾ ਨਹੀਂ ਸੀ ਕੀਤੀ। ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਇਹਨਾਂ ਦੇ ਵਾਰੰਟ ਨਹੀਂ ਸੀ ਕੱਢੇ, ਔਰ ਇੱਕ ਮੈਨੇਜਰ ਨੂੰ ਸਸਪੈਂਡ ਕਰਤਾ ਸੀ ਸਹਿਕਾਰਤਾ ਮੰਤਰੀ ਨੇ, ਉਦੋਂ ਇੱਕ ਟੀਵੀ ਚੈਨਲ ਵਾਲਿਆਂ ਨੇ ਪੁੱਛਿਆ ਸੀ ਵੀ ਸ਼੍ਰੀਮਾਨ ਜੀ ਕਿਰਪਾ ਕਰਕੇ ਤਾਂ ਦੱਸ ਦਿਓ ਵੀ ਤੁਸੀਂ ਪੈਸੇ ਭਰੇ ਕਿਉਂ ਨਹੀਂ, ਤੇ ਫਿਰ ਕੋਲਿਆਂ ਵਾਲੀ ਸਾਹਿਬ ਦਾ ਇਹ ਕਹਿਣਾ ਸੀਗਾ ਕਹਿੰਦੇ ਵੀ ਪੈਸੇ ਇਸ ਕਰਕੇ ਨਹੀਂ ਸੀ ਭਰੇ ਕਿਉਂਕਿ ਉਮੀਦ ਸੀਗੀ ਵੀ ਸਾਨੂੰ ਮਾਫ਼ ਕਰ ਦੇਣਗੇ। ਸਰਕਾਰ ਕਹਿੰਦੇ ਕਰਜ਼ਾ ਮਾਫ਼ੀ ਤੇ ਆਈ ਹੋਈ ਹੈ ਨਾ, ਇਸ ਕਰਕੇ ਸਾਡਾ ਕਹਿੰਦੇ ਕਰਜ਼ਾ ਮਾਫ਼ ਹੋ ਜਾਣਾ ਸੀ, ਕਰੋੜ ਰੁਪਏ ਮਾਫ਼ ਹੋ ਜਾਣਾ ਸੀ। ਹਾਂ, ਇਹ ਇਵੇਂ ਜਿਵੇਂ ਤੁਸੀਂ ਦੇਖਿਆ ਹੋਣਾ ਹੋਰ ਕਿ ਸਾਡੇ ਮੁੱਖ ਮੰਤਰੀ ਸਾਹਿਬ ਸਾਬਕਾ ਜਿਹੜੇ ਹੈਗੇ ਆ ਬਾਦਲ ਸਾਹਿਬ, ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟਮੈਂਟ ਲੱਗੀ ਸੀ, ਕਹਿੰਦੇ ਜੀ ਕਿਸਾਨਾਂ ਦਾ ਕਰਜ਼ਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਾਫ਼ ਕਰ ਦੇਣਾ ਚਾਹੀਦਾ, ਮੇਰਾ ਤਾਂ ਭਾਵੇਂ ਕਹਿੰਦਾ ਨਾ ਕਰਨ, ਪਰ ਮੈਂ ਸੁੱਖੀ ਰੰਧਾਵੇ ਕੋਲੇ ਤੇ ਕਹਿੰਦੇ ਕਪਤਾਨ ਸਾਹਿਬ ਕੋਲੇ ਨੰਗੇ ਪੈਰੀ ਜਾਣ ਲਈ ਤਿਆਰ ਹਾਂ ਵੀ ਯਾਰ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਓ। ਤੇ ਅੱਜ ਜਿਹੜੀ ਕੋਲਿਆਂ ਵਾਲੀ ਸਾਹਿਬ ਦੀ ਖ਼ਬਰ ਲੱਗੀ ਹੈ, ਇਸ ਖ਼ਬਰ ਦਾ ਇੱਕ ਦੂਜਾ ਪੱਖ ਵੀ ਹੈ। ਕਹਿੰਦੇ ਜੀ ਵੱਡੇ ਬਾਦਲ ਸਾਹਿਬ ਨੇ ਫਿਰ ਆਪਣੇ ਜਿਗਰੀ ਯਾਰ ਨੂੰ ਸਰਕਾਰ ਦੇ ਅਤਾਪ ਤੋਂ ਬਚਾਉਣ ਵਾਸਤੇ ਕਾਫ਼ੀ ਕਹਿੰਦੇ ਜਦੋਜਹਿਦ ਕੀਤੀ। ਉਹਨਾਂ ਨੇ ਕਹਿੰਦੇ ਜੀ ਇੱਕ ਸਹਿਕਾਰਤਾ ਵਿਭਾਗ ਨਾਲ ਜੁੜੇ ਇੱਕ IAS ਅਫਸਰ ਨੇ ਪੰਜਾਬੀ ਟ੍ਰਿਬਿਊਨ ਦੇ ਰਿਪੋਰਟਰ ਨੂੰ ਦੱਸਿਆ ਕਿ ਬਾਦਲ ਸਾਹਿਬ ਨੇ ਮੈਨੂੰ ਫੋਨ ਕੀਤਾ ਸੀ ਕਿ ਕਾਕਾ ਜੀ ਕਿਵੇਂ ਨਾ ਕਿਵੇਂ ਤੁਸੀਂ ਥੋੜ੍ਹੇ ਜਿਹੇ ਠੰਡੇ ਹੋ ਜਾਓ, ਇਹ ਨਾ ਕਰੋ, ਤੇ ਨਾਲ ਕਹਿੰਦੇ ਪਹੁੰਚ ਸਹਿਕਾਰਤਾ ਮੰਤਰੀ ਨਾਲ ਕਰਨ ਦਾ ਵੀ ਯਤਨ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ ਮਿਲ ਲੈਣ, ਇਹ ਪਤਾ ਨਹੀਂ ਵੀ ਇਹਨਾਂ ਨਾਲ ਤਾਲਮੇਲ ਹੋਇਆ ਜਾਂ ਨਹੀਂ ਹੋਇਆ, ਸਹਿਕਾਰਤਾ ਮੰਤਰੀ ਨੇ ਗੱਲ ਸੁਣੀ ਹੈ ਜਾਂ ਨਹੀਂ ਸੁਣੀ, ਪਰ ਜਿਵੇਂ ਕਹਿੰਦੇ ਹੁੰਦੇ ਗਜ ਵਸਾਈ ਦਾ ਕਿ ਜਿਸ ਮੁੱਖ ਮੰਤਰੀ ਦੇ ਦੌਰ ਦੇ ਵਿੱਚ 49 ਲੱਖ ਰੁਪਇਆ ਲੈ ਕੇ ਤੇ ਕਰੋੜ ਜਿਹੜਾ ਕਰੋੜਾਂ ਤੱਕ ਪਹੁੰਚ ਗਿਆ ਹੋਵੇ, ਉਸ ਮੁੱਖ ਮੰਤਰੀ ਨੇ ਆਪਦੇ ਦੌਰ ਦੇ ਵਿੱਚ ਤਾਂ ਉਹਦੀ ਉਗਰਾਹੀ ਕੀ ਕਰਵਾਉਣੀ ਸੀ, ਉਹਨੂੰ ਪੂਰੀ ਖੁੱਲ੍ਹ ਦਿੱਤੀ ਸੀ, ਤੇ ਦੂਜੀ ਉਗਰਾਹੀ ਦੇ ਵਿੱਚ ਵੀ ਡਿੱਕਾ। ਤੇ ਅਗਲੀ ਗੱਲ ਇਹ ਹੈ ਕਿ ਇਹ ਤਾਂ ਸਰਕਾਰੀ ਕਰਜ਼ਾ ਸੀ, ਇਹ ਤਾਂ ਬੈਂਕਾਂ ਦਾ ਕਰਜ਼ਾ ਸੀ, ਜਿਹੜਾ ਲੋਕਾਂ ਦਾ ਚਾਮਲਾ ਹੈ ਵੈ। ਵੱਡੀ ਗੱਲ ਇਹਦੇ ਵਿੱਚ ਇਹ ਆਉਂਦੀ ਹੈ ਕਿ ਜਿਹੜਾ ਨੌਕਰੀ ਸਕੈਂਡਲ ਹੋਇਆ ਸੀ, ਉਸ ਨੌਕਰੀ ਸਕੈਂਡਲ ਦੇ ਵਿੱਚ ਜਿਹੜਾ ਨਾਂ ਬੋਲਦਾ ਸੀ ਉਹ ਕੀ ਹੈ, ਉੱਥੋਂ ਗੱਗੀ ਮਲੋਟਲਾ MC ਗੱਗੀ ਸੀ, ਉਹਨੇ ਉਹਦੀ ਜਿਹੜੀ ਇੰਟੈਰੋਗੇਸ਼ਨ ਹੋਈ ਹੈ ਉਸ ਇੰਟੈਰੋਗੇਸ਼ਨ ਦੇ ਵਿੱਚ ਉਹਨੇ ਜੋ ਕੁਛ ਬੋਲਿਆ ਉਹਦੇ ਵਿੱਚ ਕੋਲਿਆਂਵਾਲੀ ਦਾ ਨਾਂ ਲਿਆ, ਇਕੱਲਾ ਕੋਲਿਆਂਵਾਲੀ ਦਾ ਨਾਂ ਨਹੀਂ ਲਿਆ, ਕੋਲਿਆਂਵਾਲੀ ਦੇ ਜਿਹੜੇ ਚੇਲੇ ਝੱਟਦੇ ਆ ਉਹਨਾਂ ਦਾ ਵੀ ਨਾਂ ਲਿਆ, ਜਿਨ੍ਹਾਂ ਨੇ
ਅਗਵਾਹੀ ਕੀਤੀ ਸੀ, ਪਿੰਡ ਪਿੰਡ ਜਾ ਕੇ ਕਿਹਾ ਸੀ ਲਿਆਓ ਜੀ ਨੇ ਪਟਵਾਰੀ ਲੱਗਣਾ, ਲਿਆਓ ਜੀ ਨੇ ਇੰਸਪੈਕਟਰ ਲੱਗਣਾ ਕੋਆਪਰੇਟ ਆਪਣੇ ਪਨਸਪ ਦੇ ਵਿੱਚ, ਲਿਆਓ ਜਿਹਨਾਂ ਨੇ ਲੋਕਲ ਬਾਡੀ ਦੇ ਵਿੱਚ ਗਸਟ ਅਫਸਰ ਲੱਗਣਾ, ਐਸ ਡੀ ਓ ਵਗੈਰਾ, ਇਹ ਸਾਰਾ ਮਾਮਲਾ ਪੜਤਾਲਣਾ ਚਾਹੀਦਾ। ਖੈਰ ਗੱਲ ਹੈ ਵੀ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਰੰਧਾਵੇ ਨੇ, ਤੇ ਰੰਧਾਵਾ ਸਾਹਿਬ ਦੀ ਅੱਜ ਮੈਂ ਇੱਕ ਇੰਟਰਵਿਊ ਸੁਣੀ ਸੀ, ਉਹ ਕਹਿੰਦੇ ਵੀ ਮੇਰੇ ਕੋਲ ਵੈਸੇ ਮਹਿਕਮੇ ਦੋ ਹੈ, ਜੇਲ੍ਹਾਂ ਵਾਲਾ ਤੇ ਸਹਿਕਾਰਤਾ, ਤੇ ਉਹ ਜਿਹੜਾ ਰਿਪੋਰਟਰ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ ਵੀ ਰੰਧਾਵਾ ਸਾਹਿਬ ਤੁਸੀਂ ਉਹ ਸ਼ਖਸ ਹੋ ਜਿਹੜੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਜੀ ਵੀ ਮਜੀਠੀਆ ਸਾਹਿਬ ਤੇ ਬਾਦਲ ਪਰਿਵਾਰ ਆ ਜਿਹੜੇ ਜੇਲ੍ਹਾਂ ਦੇ ਅੰਦਰ ਜਾਣੇ ਚਾਹੀਦੇ ਹੈ, ਹੁਣ ਤੁਸੀਂ ਦੱਸੋ ਤੁਸੀਂ ਕੀ ਕਰੋਗੇ? ਉਹ ਕਹਿੰਦਾ ਜੀ ਇਹ ਕੰਮ ਤਾਂ ਰਹਿ ਗਿਆ ਮੁੱਖ ਮੰਤਰੀ ਦਾ, ਕਹਿੰਦਾ ਮੈਨੂੰ ਉਮੀਦ ਆ ਵੀ ਮੁੱਖ ਮੰਤਰੀ ਕਰੂਗਾ, ਪਰ ਮੇਰੇ ਕੋਲ ਜਿਹੜਾ ਜ਼ਿਲ੍ਹਾ ਦਾ ਮਹਿਕਮਾ ਨਾ, ਕਹਿੰਦੇ ਵੀ ਉਸ ਮਹਿਕਮੇ ਦਾ ਮੈਂ ਪੂਰੀ ਤਰ੍ਹਾਂ ਕਮਾਂਡ ਸੰਭਾਲਦਾ ਹੋਇਆ, ਆਉਣ ਵਾਲੇ ਮਹਿਮਾਨਾਂ ਦਾ ਜੇਲ੍ਹ ਸਵਾਗਤ ਜ਼ਰੂਰ ਕਰੂੰਗਾ, ਇਹ ਨਹੀਂ ਵੀ ਉਹਨਾਂ ਨੂੰ ਰੋਟੀ ਪਾਣੀ ਮਾੜਾ ਮਿਲ ਜੇ, ਤੇ ਇਹ ਤੜਕਾ ਤੁੜਕਾ ਵੀ ਲੱਗੂਗਾ, ਪਰ ਕਹਿੰਦੇ ਇਹ ਵੀ ਨਹੀਂ ਕਿ ਉਹ ਇਹ ਮਤਲਬ ਜਿਹੜਾ ਹੈਗਾ ਆਸ ਲੈ ਕੇ ਆਉਣ ਕਿ ਉਹ ਰੈਸਟ ਹਾਊਸ ਹਨ ਜਿਵੇਂ ਰਹਿੰਦੇ ਰਹੇ ਆ, ਉੱਥੇ ਪਲਸੇਟੇ ਮਾਰਦੇ ਰਹੇ ਆ, ਵੀ ਜੇਲ੍ਹ ਦੇ ਵਿੱਚ ਪਲਸੇਟੇ ਮਾਰਨੇ ਪੈਣਗੇ ਜੀ, ਕਹਿੰਦਾ ਮੇਰੀ ਕਮਾਂਡ ਦੇ ਵਿੱਚ ਜੇਲ੍ਹ ਹੋਊਗੀ ਨਾ, ਫਿਰ ਉੱਥੇ ਤਾਂ ਕੈਦੀਆਂ ਹੀ ਰਹਿਣਾ ਪੈਣਾ ਜੀ। ਵਾਕਿਆ ਢਿੱਲੋਂ ਸਾਹਿਬ, ਜੇ ਕਿਤੇ ਇਹੋ ਜਿਹਾ ਥੋੜਾ ਜਿਹਾ ਹੋਰ ਆਈ ਸਖਤੀ ਜੀ ਸਰਕਾਰਾਂ ਕਰ ਲੈਣ ਤਾਂ ਨੋ ਡਾਊਟ ਵੀ ਜਿਹੜੇ ਇਹ ਵੱਡੇ ਮਗਰਮੱਛ ਆ ਨਾ, ਜਿਹੜੇ ਛੋਟਿਆਂ ਦਾ ਵਿਚਾਰੀਆਂ ਮੱਛੀਆਂ ਨੂੰ ਖਾਈ ਜਾਂਦੇ, ਛੋਟੇ ਕਿਸਾਨਾਂ ਦਾ ਹੱਕ ਲਈ ਜਾਂਦੇ ਆ। ਹੁਣ ਮੈਂ ਹੈਰਾਨੀ ਦੀ ਗੱਲ ਇਹ ਸੀਗੀ ਕਿ ਦੇਖੋ ਇਹਨਾਂ ਲੋਕਾਂ ਨੇ ਕਈ ਕਈ ਲਿਮਟਾਂ ਬਣਾ ਲਈਆਂ, ਹੋਰ ਬਣਾ ਲਿਆ। ਤੁਹਾਨੂੰ ਯਾਦ ਹੋਊਗਾ ਕਿ ਕਰੋੜਾਂ ਰੁਪਏ ਜਿਹੜੇ ਆ ਨਬਾਰਡ ਨੇ ਜਿਹੜਾ ਸਹਿਕਾਰੀ ਬੈਂਕਾਂ ਦੇ ਜ਼ਰੀਏ ਕਿਸਾਨਾਂ ਨੂੰ ਕਰਜ਼ਾ ਦੇਣਾ, ਉਹਦੇ 'ਚ ਕੱਟ ਲਾਤਾ ਸੀ। ਪਿਛਲੇ ਸਾਲ ਬਹੁਤ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਕ੍ਰੈਡਿਟ ਲਿਮਿਟ ਨਹੀਂ ਬਣ ਸਕੀ ਸੀਗੀ, ਜਿਹਨੂੰ ਆਪਾਂ ਹੱਦ ਕਰਜ਼ਾ ਨਹੀਂ ਬਣ ਸਕਿਆ ਸੀਗਾ ਜੀ। ਬਿਲਕੁਲ ਬਿਲਕੁਲ, ਇਹਨਾਂ ਨੇ ਜਿਹੜੇ ਹੈਗੇ ਜਿਹੜੇ ਲੋੜਵੰਦਾਂ ਨੇ ਤਾਂ ਬਣ ਨਹੀਂ ਦਿੱਤੇ ਸੀ, ਅਤੇ ਆਪਣਾ ਤਾਂ ਇਹਨਾਂ ਨੇ ਬਹੁਤ ਕੁਛ ਬਣਾ ਲਿਆ, ਲੋੜਵੰਦਾਂ ਦੇ ਨਹੀਂ ਸੀ। ਪਰ ਜਿਵੇਂ ਹੁਣ ਇਹਨੇ ਸੁੱਖੀ ਰੰਧਾਵੇ ਨੇ ਇੱਕ ਗੱਲ ਬੜੀ ਵਧੀਆ ਕਹੀ ਹੈ ਜੀ, ਤੁਸੀਂ ਹੱਦ ਕਰਜ਼ੇ ਦੀ ਗੱਲ ਕੀਤੀ, ਇਹਨੇ ਕਹਿੰਦਾ ਵੀ ਕੋਈ ਲੋੜ ਨਹੀਂ ਜਮ੍ਹਾਂ ਬੱਧਗਾਂ ਦੀ, ਜਿਵੇਂ ਹੁਣ ਆਪਾਂ ਫਰਦ ਕੇਂਦਰਾਂ 'ਚ ਜਾ ਕੇ ਫਰਦਾਂ ਲੈਣ ਜਾਂਦੇ ਹਾਂ, ਉਹਦੇ 'ਚ ਭਜਾਈ ਇੰਨਾ ਮਤਲਬ ਜਿਹੜਾ ਇਹਨੂੰ ਕਹਿੰਦੇ ਨਾ ਵੀ ਆਨਲਾਈਨ ਕਰਤਾ, ਕੰਪਿਊਟਰਾਈਜੇਸ਼ਨ ਕਰਤਾ, ਉਹ ਕੰਪਿਊਟਰਾਈਜੇਸ਼ਨ ਤਾਂ ਇੰਨਾ ਲੋਕਾਂ ਨੂੰ ਗਧੀ ਗੇੜੇ 'ਚ ਪਾਤਾ ਕਿ ਉਹਨਾਂ ਨੇ ਅੱਗੇ ਪਟਵਾਰੀ ਕੋਲ ਆਪਾਂ ਜਾਂਦੇ, ਪਟਵਾਰੀ ਕੋਲ ਜਾ ਕੇ ਆਪਾਂ ਕਹਿੰਦੇ ਜੀ ਮੈਂ ਜ਼ਮੀਨ ਦਾ ਕੋਈ ਸੌਦਾ ਪੱਤਾ ਕਰਨਾ, ਮੈਂ ਕੋਈ ਜ਼ਮੀਨ 'ਤੇ ਉੱਥੇ ਕਰਜ਼ਾ ਲੈਣਾ, ਕੀ ਹੈ ਪਟਵਾਰੀ ਤੁਹਾਨੂੰ ਲਾ ਕੇ ਦਿੰਦਾ ਜਮ੍ਹਾਂਬੰਦੀ, ਜਿੰਨਾ ਤੁਹਾਡਾ ਹਿੱਸਾ ਬਣਦਾ ਤਾਂ ਉਹਨਾਂ ਕੱਢ ਕੇ ਕੀ ਹੈ। ਹੁਣ ਤੁਸੀਂ ਲੈਣੀ ਹੈ ਜਮ੍ਹਾਂਬੰਦੀ, ਫਰਜ਼ ਲੈਣੀ ਹੈ, ਟੋਟਲ ਖੇਪ ਕੱਢ ਕੇ ਲਿਆ ਕੇ ਰੱਖ ਦੇਣਗੇ ਜੀ, ਉਹ ਖੇਪ ਦੇ ਵਿੱਚ ਮੱਥਾ ਮਾਰੀ ਜਾਓ ਪਤਾ ਨਹੀਂ ਲੱਗਦਾ। ਤੁਸੀਂ ਖੇਤੀਬਾੜੀ ਨਾਲ ਜੁੜੇ ਰਹੇ ਹੋ, ਮੈਨੂੰ ਵੀ ਮਾੜਾ ਮੋਟਾ ਹਿਸਾਬ ਕਿਤਾਬ ਹੈ, ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਇਹਦੇ ਚੋਂ ਕੀ ਕੱਢੀਏ ਤੇ ਕੀ ਪਾਈਏ, ਪਰ ਜਿਵੇਂ ਇਹਨੇ ਰੰਧਾਵੇ ਨੇ ਆ ਕੇ ਗੱਲ ਕੀਤੀ ਹੈ, ਉਹ ਮੇਰਾ ਖਿਆਲ ਠੀਕ ਕੀਤੀ ਹੈ ਜੀ ਜੀ। ਸੋ ਹੋਰ ਜਾਣੇ ਚੰਗੀ ਗੱਲ ਹੈ ਜੀ, ਕੁਛ ਜੇਕਰ ਇੰਨਾ ਕੁ ਹੋਰ ਥੋੜ੍ਹੀ ਜਿਹੀ ਇੰਪਰੂਵਮੈਂਟ ਹੋ ਜੇ ਸੁਸਾਇਟੀਆਂ ਦੇ ਉੱਤੇ, ਜਿਹੜਾ ਅਫਸਰਸ਼ਾਹੀ ਦਾ ਦਬਦਬਾ ਉਹ ਵੀ ਜੇਕਰ ਕੁਛ ਹੱਦ ਤੱਕ ਘੱਟ ਜੇ, ਤਾਂ ਹੁਣ ਪਿੱਛੇ ਜੇ ਧੱਕੇ ਨਾਲ ਹੀ ਅਫਸਰ ਜਿਹੜੇ ਸੀਗੇ ਇਹੋ ਜਿਹੀਆਂ ਖਾਦਾਂ ਅਤੇ ਇਹੋ ਜਿਹੜਾ ਸਮਾਨ ਸੁਸਾਇਟੀਆਂ ਨੂੰ ਭੇਜ ਦਿੰਦੇ ਸੀ, ਜਿਹੜਾ ਸੁਸਾਇਟੀਆਂ ਦੇ ਗਾਲੀ ਪੈ ਜਾਂਦਾ ਸੀਗਾ, ਹੋਰ ਕੁਛ ਨਹੀਂ ਸੀਗਾ। ਦਾਨੀਆਂ ਵਾਲੀ ਸਾਹਿਬ ਗੱਲਾਂ ਤੁਸੀਂ ਇਹ ਨਾ ਦੇਖੋ, ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ, ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਗੱਲ ਨੇ, ਜਿਹੜੀ ਹੈ ਜਿਵੇਂ ਸੰਸਥਾਵਾਂ, ਉਹਨਾਂ 'ਚ ਡਾਕੇ ਕਿਵੇਂ ਪੈਂਦੇ? ਸੈਂਟਰਲ ਕੋਆਪਰੇਟਿਵ ਬੈਂਕ ਹੈ ਜੀ, ਜਾਂ ਖੇਤੀਬਾੜੀ ਵਿਕਾਸ ਬੈਂਕ ਹੈ, ਜਿਹਨਾਂ ਨੂੰ ਅਸੀਂ ਲੈਂਡਮਾਰਕ ਬੈਂਕ ਕਹਿ ਦਿੰਦੇ ਹਾਂ, ਇਹ ਜਿਹੜੀ ਸੈਂਟਰਲ ਕੋਆਪਰੇਟਿਵ ਬੈਂਕ ਹੈ, ਇਹਨਾਂ ਬੈਂਕਾਂ ਦੇ ਉੱਤੇ ਜੀ ਗਾਂ ਲੱਗੇ ਹੋਏ ਇੰਚਾਰਜ ARDR JR ਰਜਿਸਟਰਾਰ, ਇਹ ਸਾਰੇ ਇਹਨਾਂ ਦੇ ਮਤਹਿਤ ਆ ਜਾਂਦੇ ਹੈ। ਹੁਣ ਕੋਆਪਰੇਟਿਵ ਬੈਂਕਾਂ ਦਾ ਇੱਕ ਆਪਦਾ ਇੰਡੀਪੈਂਡੈਂਟ ਸਿਸਟਮ ਹੈ, ਜਿਹੜਾ ਉਹਨਾਂ ਦੇ ਬੋਰਡ ਚੁਣੇ ਜਾਂਦੇ ਆ, ਉਹਨਾਂ ਨੇ ਚਲਾਉਣੇ ਹੁੰਦੇ ਆ, ਲੇਕਿਨ ਜਦੋਂ ਅਫਸਰ ਬਾਹਰੋਂ ਆਉਂਦੇ ਆ, ਉਹ ਆਉਂਦੇ ਰਿਸ਼ਤੇਦਾਰੀਆਂ 'ਚ ਮਿਲਣ ਵਾਸਤੇ, ਤੇ ਉਹ ਆ ਕੇ ਬਾਅਦ ਦੇ ਬੈਂਕ 'ਚ ਆ ਕੇ ਬਹਿ ਜਾਂਦੇ, ਚਾਹ ਪਾਣੀ ਵੀ ਪੀ ਜਾਂਦੇ, ਕਹਿੰਦੇ ਜੀ ਇੰਸਪੈਕਸ਼ਨ 'ਤੇ ਆਏ ਸੀ, ਔਰ ਉੱਥੇ ਆ ਕੇ ਖਰਚਾ ਉਹਨਾਂ 'ਤੇ ਪਾਇਆ ਜਾਂਦੇ, ਇੱਥੇ ਨਹੀਂ ਤੇਲ ਪਾਣੀ ਦਾ ਖਰਚਾ ਵੀ ਲੈਂਦੇ ਹੈ। ਕਈ ਤਾਂ ਮੇਰੇ ਨੋਟਿਸ ਦੇ ਵਿੱਚ ਅਜਿਹੇ ਆਇਆ ਕਿ ਕੋਆਪਰੇਟਿਵ ਮਹਿਕਮੇ ਦੇ ਜਿਹੜੇ ਅਫਸਰ ਹੈ, ਉਹਨਾਂ ਦੀਆਂ ਬੀਵੀਆਂ ਵਾਸਤੇ ਅਤੇ ਉਹਨਾਂ ਦੇ ਬੱਚਿਆਂ ਵਾਸਤੇ ਕੋਆਪਰੇਟਿਵ ਬੈਂਕਾਂ ਵੱਲੋਂ ਹਾਇਰ ਕੀਤੀਆਂ ਹੋਈਆਂ ਗੱਡੀਆਂ ਦਿਖਾਉਂਦੇ ਆ, ਉਹ ਇਸ ਦੀ ਰਿਕਵਰੀ ਕਰਦੇ ਹੈ,
ਲੇਕਿਨ ਭੇਜਿਆ ਕਹਿੰਦੇ ਰਿਕਵਰੀ ਤੇ ਗੱਡੀਆਂ ਉੱਥੇ ਖੜੋਤੀਆਂ ਵੀ ਹੈ। ਬਹੁਤ ਵੱਡੇ ਪੱਧਰ ਤੇ ਲੁੱਟ ਹੁੰਦੀ ਹੈ। ਜਿਹੜਾ ਕੋਆਪਰੇਟਿਵ ਢਾਂਚਾ ਹੈ, ਜਿਸ ਭਾਵਨਾ ਦੇ ਨਾਲ ਕੋਆਪਰੇਟਿਵ ਢਾਂਚਾ ਖੜਾ ਕੀਤਾ ਸੀ, ਜੇ ਕਿਤੇ ਉਸੇ ਭਾਵਨਾ ਦੇ ਨਾਲ ਇਹਦੇ ਤੇ ਕੰਮ ਕੀਤਾ ਜਾਵੇ, ਕੰਮ ਕਰਵਾਇਆ ਜਾਵੇ ਤਾਂ ਕਿਤੇ ਦੀ ਕਿਤੇ ਜਾ ਸਕਦਾ ਹੈ। ਪੰਜਾਬ ਦੇ ਵਿੱਚ ਕੁਝ ਇੱਕ ਜਿਹੜੀਆਂ ਹੈਗੀਆਂ ਕੋਆਪਰੇਟਿਵ ਸੁਸਾਇਟੀਆਂ ਹੈਗੀਆਂ, ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਦੀ ਹਾਲਤ ਇੰਨੀ ਵਧੀਆ ਹੈ ਕਿ ਉਹ ਕਮਾਈ ਕਰਦੀਆਂ ਮੈਨੂੰ ਇੱਕ ਕੱਲ੍ਹ ਦਾ ਤਜਰਬਾ ਆਇਆ। ਕੱਲ੍ਹ ਪਰਸੋਂ ਮੈਨੂੰ ਮਿਲੇ ਕੁਛ ਝੰਡੂ ਕੇ ਪਿੰਡ ਦੇ ਲੋਕ, ਉਹ ਜਦੋਂ ਆਪਣੇ ਸੈਕਟਰੀਏਟ ਚੋਂ ਨਿਕਲ ਰਹੇ ਸੀਗੇ ਤੇ ਸਾਹਿਬ ਸਲਾਮ ਹੋ ਗਈ, ਸਤਿ ਸ੍ਰੀ ਅਕਾਲ ਹੋਈ। ਮੈਂ ਕਿਹਾ ਕਿਵੇਂ ਆਏ ਹੋ? ਕਹਿੰਦੇ ਜੀ ਡੀ ਆਰ ਦੀ ਜਾਨ ਨੂੰ ਰੋਕੇ ਆਏ। ਮੈਂ ਕਿਹਾ ਵੀ ਕੀ ਹੋ ਗਿਆ? ਉਹ ਕਹਿੰਦੇ ਜੀ ਸਾਡੀ ਸੁਸਾਇਟੀ ਕਿਸੇ ਜ਼ਮਾਨੇ ਦੇ ਵਿੱਚ ਬਹੁਤ ਮੁਨਾਫੇ 'ਚ ਹੁੰਦੀ ਸੀ, ਉੱਥੋਂ ਦੇ ਜਿਹੜੇ ਸੁਸਾਇਟੀ ਦੇ ਪ੍ਰਧਾਨ ਸੀ ਮੈਨੂੰ ਕਾਫੀ ਪ੍ਰੋਗਰੈਸਿਵ ਸੱਜਣ ਲੱਗੇ। ਉਹ ਕਹਿੰਦੇ, ਮੈਨੂੰ ਜ਼ਿਮੀਦਾਰਾਂ ਨੇ ਦੱਸਿਆ, ਕਹਿੰਦੇ ਜਦੋਂ ਇਹ ਪ੍ਰਧਾਨ ਹੁੰਦੇ ਸੀ ਇਹਨਾਂ ਨੇ ਇੰਨਾ ਵਧੀਆ ਕੰਮ ਚਲਾਇਆ ਸੀ ਕਿ ਲਗਭਗ 20 ਲੱਖ ਰੁਪਈਏ ਦੇ ਕਰੀਬ ਮੁਨਾਫਾ ਕਮਾ ਕੇ ਮੁਨਾਫਾ ਲੋਕਾਂ ਚ ਵੰਡਿਆ ਸੀ। ਤੇ ਹੁਣ ਸਾਡੀ ਹਾਲਤ ਕਹਿੰਦੇ ਕਿਹੋ ਜਿਹੇ ਬੰਦੇ ਦੇ ਹੱਥ ਸੁਸਾਇਟੀ ਫੜਾਉਣ ਦਾ ਯਤਨ ਕੀਤਾ ਜਾ ਰਿਹਾ ਜਿਹੜਾ ਡਿਫਾਲਟਰ ਕਰਾਰ ਦਿੱਤਾ ਹੋਇਆ ਵੱਖ ਵੱਖ ਬੈਂਕਾਂ ਨੇ। ਤੇ ਉਹ ਕਹਿੰਦੇ ਵੀ ਚੰਗੀ ਭਲੀ ਸੁਸਾਇਟੀ ਦੀ ਜਿਹੜੀ ਕਮੇਟੀ ਚੱਲਦੀ, ਕਮੇਟੀ ਨੂੰ ਤੋੜ ਕੇ ਤੇ ਇਹਨਾਂ ਨੇ ਕਮੇਟੀ ਇਹੋ ਜਿਹੀ ਬਣਾਤੀ। ਮਤਲਬ ਇਹ ਸਾਰਾ ਜਿਹੜਾ ਹੈਗਾ ਪ੍ਰਸ਼ਾਸਨਿਕ ਬੋਝ ਉਹ ਸੁਸਾਇਟੀਆਂ ਤੇ ਪਾਇਆ ਜਾ ਰਿਹਾ ਜਿਹੜੀਆਂ ਚੰਗੀਆਂ ਭਲੀਆਂ ਚੱਲਦੀਆਂ, ਉਹਨਾਂ ਨੂੰ ਵੀ ਕੋਆਪਰੇਟਿਵ ਮਹਿਕਮੇ ਦੇ ਅਫਸਰ ਨੇ ਚਲਣ ਦੀ ਟਰੈਕਟਰ ਦਾ ਹੀ ਆਈ ਨਾਸ ਮਾਰਤਾ ਹੀ ਟਰੈਕਟਰ ਆਈ ਸੁਸਾਇਟੀ ਦੇ ਵਿੱਚ, ਦੂਜੀ ਸੁਸਾਇਟੀ ਆਈ ਉਹਨੇ ਕਾਫੀ ਜਿਹੜਾ ਉਹਦੀ ਪੜਤਾਲ ਕੀਤੀ, ਕਾਫੀ ਕੁਛ ਨਿਕਲਿਆ।